ਤੁਹਾਨੂੰ ਇਹ ਪ੍ਰਯੋਗ ਕਰਨ ਲਈ ਦੋ ਰਸਾਇਣ ਲੈਡ ਨਾਈਟ੍ਰੇਟ ਅਤੇ ਪੋਟਾਸ਼ੀਅਮ ਆਇਓਡੀਨ ਚਾਹੀਦੇ ਹਨ ਤੇ ਨਾਲ ਦੇ ਨਾਲ ਇੱਕ ਟੈਸਟ ਟਿਊਬ ਬਰਨਰ ਆਦਿ ਚਾਹੀਦਾ ਹੈ। ਪੋਟਾਸ਼ੀਅਮ ਆਇਓਡੀਨ ਤੇ ਲੈਡ ਨਾਈਟ੍ਰੇਟ ਨੂੰ ਅਲੱਗ ਅਲੱਗ ਕੱਪਾਂ ਵਿੱਚ ਪਾਓ ਤੇ ਫਿਰ ਪਾਣੀ ਪਾਓ, ਫਿਰ ਗਲਾਸ ਰੋਡ ਨਾਲ ਚੰਗੀ ਤਰ੍ਹਾਂ ਹਿਲਾਓ। ਇੱਕ ਸੋਲਿਊਸ਼ਨ ਵਿੱਚ ਦੂਸਰਾ ਸੋਲਿਊਸ਼ਨ ਪਾ ਦਿਓ। ਤੁਸੀਂ ਹੈਰਾਨ ਹੋਵੋਗੇ, ਇਹ ਦੋ ਬੇਰੰਗ ਮਿਸ਼ਰਣਾਂ ਨੂੰ ਮਿਲਾਉਣ ਨਾਲ ਤਿੱਖਾ ਪੀਲਾ ਰੰਗ ਬਣ ਜਾਵੇਗਾ। ਹੁਣ ਇਸੇ ਪੀਲੇ ਸੋਲਿਊਸ਼ਨ ਨੂੰ ਇੱਕ ਟੈਸਟ ਟਿਊਬ ਵਿੱਚ ਪਾ ਦਿਓ ਤੇ ਟੋਂਗਸ ਦੀ ਮਦਦ ਦੇ ਨਾਲ ਇਹਨਾਂ ਨੂੰ ਅੱਗ ਉੱਤੇ ਰੱਖੋ। ਜਿਵੇਂ ਹੀ ਸੋਲਿਊਸ਼ਨ ਗਰਮ ਹੋ ਜਾਵੇਗਾ ਤਾਂ ਰੰਗ ਉੱਡ ਜਾਏਗਾ ਤੇ ਇਹ ਬੇਰੰਗ ਬਣ ਜਾਏਗਾ।